ਭਾਨਾ ਸਿੱਧੂ ਇੱਥੇ ਕਿੰਨੇ ਪਾਉਂਦੇ, ਮੈਂ ਗੱਲ ਕੱਲ੍ਹ ਹੀ ਬੋਲਿਆ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਣ ਤਿਆਰ ਹੋਊਗਾ ਵੀ ਭਾਨਾ ਸਿੱਧੂ ਚੇਨ ਨਹੀਂ ਲਾ ਸਕਦਾ। ਇਹ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਨੌਬਤ ਕਿਉਂ ਆਈ ਕੰਮ ਕਰਨ ਦੀ। ਠੀਕ ਆ, ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ 'ਚ ਲਿਆ, ਪਰ ਲਿਆ ਕਿਉਂ ਇੱਕ ਸਵਾਲ ਆ, ਲਿਆ ਕਿਉਂ? ਉਹ ਲੋਕ ਜਾਣਦੇ ਹੋਣ ਕਿਤੇ ਆਪਣੇ ਪ੍ਰਸ਼ਾਸਨ ਕੋਲ, ਪੁਲਿਸ ਕੋਲ, ਉਹਨਾਂ ਸ਼ਾਇਦ ਮਸਲਾ ਨਹੀਂ ਕੀਤਾ ਹੋਊਗਾ। ਉਹ ਭਾਨੇ ਕੋਲ ਆਏ, ਭਾਨੇ ਕੋਲ ਤੁਸੀਂ ਗਏ ਤੁਹਾਡੇ ਪੈਸੇ ਮੁੜ ਕੇ, ਗੁਰਦੁਆਰਾ ਪਾਠ ਗਏ ਪੈਸੇ ਮੁੜ ਕੇ, ਦੋ ਚਾਰ ਪੰਜ ਸੋਚਿਆ ਉਹਨਾਂ ਪੈਸੇ ਫੇਰ ਜਾਈਏ, ਇਸ ਬਹੁਤ ਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ। ਭਾਨਾ ਸਿੱਧੂ ਇੱਥੇ ਕਿੰਨੇ ਬੰਦੇ, ਮੈਂ ਗੱਲ ਕੱਲ੍ਹ ਹੀ ਬੋਲਿਆ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਣ ਤਿਆਰ ਹੋਊਗਾ ਵੀ ਭਾਨਾ ਸਿੱਧੂ ਚੇਨ ਨਹੀਂ ਲਾ ਸਕਦਾ। ਇਹ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਨੌਬਤ ਕਿਉਂ ਆਈ ਕੰਮ ਕਰਨ ਦੀ। ਠੀਕ ਆ, ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ 'ਚ ਲਿਆ, ਪਰ ਲਿਆ ਕਿਉਂ ਇੱਕ ਸਵਾਲ ਆ, ਲਿਆ ਕਿਉਂ? ਉਹ ਲੋਕ ਜਾਣਦੇ ਹੋਣ ਕਿਤੇ ਆਪਣੇ ਪ੍ਰਸ਼ਾਸਨ ਕੋਲ, ਪੁਲਿਸ ਕੋਲ, ਉਹਨਾਂ ਸ਼ਾਇਦ ਮਸਲਾ ਹੱਲ ਨਹੀਂ ਕੀਤਾ ਹੋਊਗਾ। ਉਹ ਭਾਨੇ ਕੋਲ ਆਏ, ਭਾਨੇ ਕੋਲ ਤੁਸੀਂ ਗਏ ਤੁਹਾਡੇ ਪੈਸੇ ਮੁੜ ਗਏ, ਗੁਰਦੁਆਰਾ ਪਾਠ ਗਏ ਪੈਸੇ ਮੁੜ ਗਏ, ਦੋ ਚਾਰ ਪੰਜ ਸੋਚਿਆ ਉਹਨਾਂ ਪੈਸੇ ਮੁੜ ਕੇ ਇਹ ਜਾਈਏ, ਇਸ ਬਹੁਤ ਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ ਸੀ। ਕਿਉਂ ਇਹਦਾ ਕੋਈ ਮਸਲਾ ਹੁੰਦਾ ਹੀ ਨਾ? ਹੁਣ ਜਿਹੜੇ ਬੰਦੇ ਪੈਸੇ ਖਾਂਦੇ ਬਸ਼ਰਤ ਬਜਾਏ ਇਸ ਦੇ ਕਿ ਉਹਨਾਂ ਦੀ ਕਾਰਵਾਈ ਹੁੰਦੀ, ਭਾਨੇ ਸਿੱਧੂ ਦੀ ਕਾਰਵਾਈ ਹੋਈ। ਭਾਨਾ ਸਿੱਧੂ ਇੱਥੇ ਕਿੰਨੇ ਬੰਦੇ, ਮੈਂ ਗੱਲ ਕੱਲ੍ਹ ਹੀ ਬੋਲਿਆ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਣ ਤਿਆਰ ਹੋਊਗਾ ਵੀ ਭਾਨਾ ਸਿੱਧੂ ਚੇਨ ਨਹੀਂ ਲਾ ਸਕਦਾ। ਇਹ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਨੌਬਤ ਕਿਉਂ ਆਈ ਕੰਮ ਕਰਨ ਦੀ। ਠੀਕ ਆ, ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ 'ਚ ਲਿਆ, ਪਰ ਲਿਆ ਕਿਉਂ ਇੱਕ ਸਵਾਲ ਆ, ਲਿਆ ਕਿਉਂ? ਉਹ ਲੋਕ ਜਾਣਦੇ ਹੋਣ ਕਿਤੇ ਆਪਣੇ ਪ੍ਰਸ਼ਾਸਨ ਕੋਲ, ਪੁਲਿਸ ਕੋਲ, ਉਹਨਾਂ ਸ਼ਾਇਦ ਮਸਲਾ ਹੱਲ ਨਹੀਂ ਕੀਤਾ ਹੋਊਗਾ। ਉਹ ਭਾਨੇ ਕੋਲ ਆਏ, ਭਾਨੇ ਕੋਲ ਤੁਸੀਂ ਗਏ ਤੁਹਾਡੇ ਪੈਸੇ ਮੁੜ ਗਏ, ਗੁਰਦੁਆਰਾ ਪਾਠ ਗਏ ਪੈਸੇ ਮੁੜ ਗਏ, ਦੋ ਚਾਰ ਪੰਜ ਸੋਚਿਆ ਉਹਨਾਂ ਪੈਸੇ ਮੁੜ ਕੇ ਇਹ ਜਾਈਏ, ਇਸ ਬਹੁਤ ਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ ਸੀ। ਕਿਉਂ ਇਹਦਾ ਕੋਈ ਮਸਲਾ ਹੁੰਦਾ ਹੀ ਨਾ? ਹੁਣ ਜਿਹੜੇ ਬੰਦੇ ਪੈਸੇ ਖਾਂਦੇ ਬਸ਼ਰਤ ਬਜਾਏ ਇਸ ਦੇ ਕਿ ਉਹਨਾਂ ਦੀ ਕਾਰਵਾਈ ਹੁੰਦੀ, ਭਾਨੇ ਸਿੱਧੂ ਦੀ ਕਾਰਵਾਈ ਹੋਈ। ਭਾਨਾ ਸਿੱਧੂ ਇੱਥੇ ਕਿੰਨੇ ਬੰਦੇ, ਮੈਂ ਗੱਲ ਕੱਲ੍ਹ ਹੀ ਬੋਲਿਆ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਣ ਤਿਆਰ ਹੋਊਗਾ ਵੀ ਭਾਨਾ ਸਿੱਧੂ ਚੇਨ ਨਹੀਂ ਲਾ ਸਕਦਾ। ਇਹ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਨੌਬਤ ਕਿਉਂ ਆਈ ਕੰਮ ਕਰਨ ਦੀ। ਠੀਕ ਆ, ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ 'ਚ ਲਿਆ, ਪਰ ਲਿਆ ਕਿਉਂ ਇੱਕ ਸਵਾਲ ਆ, ਲਿਆ ਕਿਉਂ? ਉਹ ਲੋਕ ਜਾਣਦੇ ਹੋਣ ਕਿਤੇ ਆਪਣੇ ਪ੍ਰਸ਼ਾਸਨ ਕੋਲ, ਪੁਲਿਸ ਕੋਲ, ਉਹਨਾਂ ਸ਼ਾਇਦ ਮਸਲਾ ਹੱਲ ਨਹੀਂ ਕੀਤਾ ਹੋਊਗਾ। ਉਹ ਭਾਨੇ ਕੋਲ ਆਏ, ਭਾਨੇ ਕੋਲ ਤੁਸੀਂ ਗਏ ਤੁਹਾਡੇ ਪੈਸੇ ਮੁੜ ਗਏ, ਗੁਰਦੁਆਰਾ ਪਾਠ ਗਏ ਪੈਸੇ ਮੁੜ ਗਏ, ਦੋ ਚਾਰ ਪੰਜ ਸੋਚਿਆ ਉਹਨਾਂ ਪੈਸੇ ਮੁੜ ਕੇ ਇਹ ਜਾਈਏ, ਇਸ ਬਹੁਤ ਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ ਸੀ। ਕਿਉਂ ਇਹਦਾ ਕੋਈ ਮਸਲਾ ਹੁੰਦਾ ਹੀ ਨਾ? ਹੁਣ ਜਿਹੜੇ ਬੰਦੇ ਪੈਸੇ ਖਾਂਦੇ ਬਸ਼ਰਤ ਬਜਾਏ ਇਸ ਦੇ ਕਿ ਉਹਨਾਂ ਦੀ ਕਾਰਵਾਈ ਹੁੰਦੀ, ਭਾਨੇ ਸਿੱਧੂ ਦੀ ਕਾਰਵਾਈ ਹੋਈ। ਭਾਨਾ ਸਿੱਧੂ ਇੱਥੇ ਕਿੰਨੇ ਬੰਦੇ, ਮੈਂ ਗੱਲ ਕੱਲ੍ਹ ਹੀ ਬੋਲਿਆ ਉਹਦਾ ਵਿਰੋਧੀ ਵੀ ਇਹ ਗੱਲ ਨਹੀਂ ਮੰਨਣ ਤਿਆਰ ਹੋਊਗਾ ਵੀ ਭਾਨਾ ਸਿੱਧੂ ਚੇਨ ਨਹੀਂ ਲਾ ਸਕਦਾ। ਇਹ ਬਹੁਤ ਵੱਡਾ ਸਵਾਲ ਆ ਕਿ ਭਾਨੇ ਸਿੱਧੂ ਨੂੰ ਨੌਬਤ ਕਿਉਂ ਆਈ ਕੰਮ ਕਰਨ ਦੀ। ਠੀਕ ਆ, ਇਹ ਅਕਸਰ ਕਈ ਸੱਜਣ ਲਿਖਦੇ ਆ ਵੀ ਇਹ ਕਾਨੂੰਨ ਨੂੰ ਹੱਥ 'ਚ ਲਿਆ, ਪਰ ਲਿਆ ਕਿਉਂ ਇੱਕ ਸਵਾਲ ਆ, ਲਿਆ ਕਿਉਂ? ਉਹ ਲੋਕ ਜਾਣਦੇ ਹੋਣ ਕਿਤੇ ਆਪਣੇ ਪ੍ਰਸ਼ਾਸਨ ਕੋਲ, ਪੁਲਿਸ ਕੋਲ, ਉਹਨਾਂ ਸ਼ਾਇਦ ਮਸਲਾ ਹੱਲ ਨਹੀਂ ਕੀਤਾ ਹੋਊਗਾ। ਉਹ ਭਾਨੇ ਕੋਲ ਆਏ, ਭਾਨੇ ਕੋਲ ਤੁਸੀਂ ਗਏ ਤੁਹਾਡੇ ਪੈਸੇ ਮੁੜ ਗਏ, ਗੁਰਦੁਆਰਾ ਪਾਠ ਗਏ ਪੈਸੇ ਮੁੜ ਗਏ, ਦੋ ਚਾਰ ਪੰਜ ਸੋਚਿਆ ਉਹਨਾਂ ਪੈਸੇ ਮੁੜ ਕੇ ਇਹ ਜਾਈਏ, ਇਸ ਬਹੁਤ ਵਾਰ ਉਹਦੇ ਘਰੇ ਮੇਲਾ ਲੱਗਾ ਹੁੰਦਾ ਸੀ। ਕਿਉਂ ਇਹਦਾ ਕੋਈ ਮਸਲਾ ਹੁੰਦਾ ਹੀ ਨਾ? ਹੁਣ ਜਿਹੜੇ ਬੰਦੇ ਪੈਸੇ ਖਾਂਦੇ ਬਸ਼ਰਤ ਬਜਾਏ ਇਸ ਦੇ ਕਿ ਉਹਨਾਂ ਦੀ ਕਾਰਵਾਈ ਹੁੰਦੀ, ਭਾਨੇ ਸਿੱਧੂ ਦੀ ਕਾਰਵਾਈ ਹੋਈ।